ਉਹ ਕਾ ਹੋਰ ਵੈਨੀ ਪੈਣੀ ਹੈ ਕਿੰਨੀ ਇੱਥੇ ਫਿਰ ਟਰਾਲੇ ਨਾਲ ਟਰਾਲਾ ਲੈ ਜਾਣਾ ਨਹੀਂ ਨਹੀਂ ਇੰਨਾ ਏਰੀਆ ਨਹੀਂ ਮੈਂ ਅੱਛਾ ਏਰੀਆ ਜ਼ਿਆਦਾ ਨਹੀਂ ਮੈਂ ਪਿੱਛੇ ਪਿੱਛੇ ਦਾ ਮੈਂ ਟਰਾਲਾ ਲਈ ਤੇ 50-55 ਟਰਾਲੇ ਦੱਸੇ ਪੈ ਜੀ ਅ ਰਮੀ ਇੱਕ ਹੋਰ ਭਰਾਉਣੀ ਪੈਣੀ ਉਹ ਪਿਆ ਹੋਇਆ ਆਪਣੇ ਕੋਲ ਸੀਮਿੰਟ ਮਸਾਲਾ ਇਸ ਬਾਅਦ ਛੇੜ ਦੀ ਧਾਰ ਲੱਗਣ ਦੀ ਹੈ ਜੀ ਅੱਜ ਸਾਰੀ ਧਾਰ ਲਾਈ ਹੈ ਬਾਕੀ ਉੱਧਰ ਕਲੋਨੀ 'ਚ ਪਲਸਤਰ ਹੋਣ ਡਿਆ ਜੀ ਉੱਧਰ ਪੈਰ ਖਿਚਾ ਲਿਆ ਉਹ ਉੱਥੇ ਮੇਰਾ ਪੁੱਤਰ ਲਿਆ ਉਹਦਾ ਫਰਕ ਇਹ ਚਾਲੂ ਹੋਇਆ ਪਿਆ ਆਲੂਆਂ ਤੋਂ ਇੱਥੇ ਤੱਕ ਜਵੇਰ ਦੂਸਰੇ ਡਰਮੇ ਸਾਰੀਆਂ ਬਣ ਗਈਆਂ ਨਾ ਹਾਂਜੀ ਇੱਥੇ ਤੱਕ ਸਾਰੀਆਂ ਡਰਮੀਆਂ ਬਣ ਗਈਆਂ ਨਾ ਉਤਰੀਆਂ ਉੱਥੇ ਉੱਧਰ ਕੀ ਕਰਦੇ ਪਏ ਨੇ ਤੂੰ ਢੇਰੀ ਕੇ ਛੱਡ ਦੇ ਤੂੰ ਕੀ ਚੁੱਕ ਪਈ ਤੈਨੂੰ ਉਹ ਨਾਲ ਹੀ ਕੱਢੀ ਜਾ ਉਹਨੂੰ ਪਰਾ ਬਾਹਰ ਸੱਟ ਆ ਜਿਵੇਂ ਜੂਨਾ ਸੱਟੀ ਜਾਂਦਾ ਟਾਈਮ ਵੇਖੀ ਖੜੇ ਹੋਣੇ ਨੇ ਨਹੀਂ ਨਾਲ ਜਈਆ ਵੀ ਹੋਵੇਗਾ ਤੇਰੇ ਨਾਲ ਰਮਜ਼ਾਨ ਵੀ ਹੋਵੇਗਾ ਤੁਹਾਡੇ ਤੇ ਵੀ 10 ਮਿੰਟ ਲਾ ਕੇ ਆਣੇ ਪੈਣੇ ਨੇ ਓਏ ਉਹ ਬਾਜਾ ਮਾਰ ਜਾਂਦਾ ਮੈਂ ਇਹਨਾਂ ਨੂੰ ਚਲੋ ਸੱਦੀ ਜਾਂਦੇ ਨੇ ਇੱਥੇ ਅੱਛਾ ਜੀ 4000 ਰੁਪਏ 4 ਦੇ ਦੋ ਟੋਏ ਹੋਣਗੇ ਨਹੀਂ ਜੀ ਇੱਕੋ ਹੀ ਬਣਨੀ ਆ ਉੱਤੇ ਕਿੰਨੇ ਕੀ ਬਣਾਈ ਜਾਂਦੀ 4.5 ਚੜਾਈ ਹੋਣੀ ਹੁੰਦੀ ਹਾਂਜੀ 6 ਫੁੱਟ ਗਹਿਰਾਈ ਹਾਂਜੀ ਤੇ 12 ਫੁੱਟ ਲੰਬਾਈ 12 ਫੁੱਟ ਥੋੜੀ ਲੰਬਾਈ ਮੈਨੂੰ ਲੱਗਦੀ 14 ਫੁੱਟ ਖੱਡਾ 14 ਫੁੱਟ ਖੱਡਾ ਹੋਇਆ ਮੈਂ ਤਾਂ 14 ਫੁੱਟ ਰੱਖਿਆ ਜੀ ਮਾਰ ਕੇ ਨੇ ਘਟਾ ਦਿੱਤਾ ਸਹੀ ਕਿਧਰ ਗਿਆ ਸ਼ਫੀਕ ਆ ਗਿਆ ਸੀਮੈਂਟ ਦਾ ਮਹਿੰਗਾ ਹੋ ਗਿਆ
हेलो, हाँ जी, तो मैं तेनु की आख्या सी, हाँ ਹੌਲੀ ਹੌਲੀ ਹੁਣ ਮੁੱਲ ਬਣਦਾ ਜਾਂਦਾ ਨਾ ਨਹੀਂ ਜਦੋਂ ਸੋਲੰਗ ਲੱਗ ਗਿਆ ਨਾ ਥੱਲੇ ਉਸ ਤੋਂ ਬਾਅਦ ਯੈਸ ਹੋ ਜਾਏਗਾ ਕੰਮ ਸਾਰਾ।